ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰੂ ਜੀ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਕਿਸਾਨ ਪਸ਼ੂ ਪਾਲਕ 'ਤੇ। ਆਪਾਂ ਪਹੁੰਚੇ ਹੋਏ ਹਾਂ ਅੱਜ ਖੰਨਾ ਮੰਡੀ। ਥਣ ਹਵਾਨਾ ਦੇਖੋ, ਥਣ ਬੜੇ ਵਧੀਆ ਲੱਗੇ ਨੇ, ਗੈਪ 'ਤੇ ਲੱਗੇ ਨੇ, ਮੋਟੇ ਥਣ ਨੇ ਬਿਲਕੁਲ, ਗੱਭਣ ਮੈਸ ਹੈ। ਬਾਈ ਜੀ ਤੋਰਿਓ ਖੋਲ ਕੇ, ਹਵਾਨਾ ਦੇਖ ਸਕਦੇ ਹੋ। ਨੇੜ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ, ਕੈਮਰੇ ਤੋਂ ਥੋੜ੍ਹਾ ਡਰਦੀ ਹੈ। ਬਸ ਵੀਰ ਮੋੜ ਲਾ, ਗੱਬਣ ਹੈ ਮੈਸਾ ਜੀ। ਵਿਆਹੁਣ 'ਚ ਇਹਦੇ ਦਿਨ ਪਏ ਨੇ, ਬਾਈ ਜੀ ਤੋਂ ਪੂਰੀ ਡਿਟੇਲ ਪੁੱਛਦੇ ਹਾਂ ਚੱਲ ਕੇ। ਤਣ ਹਵਾਨਾ ਬਹੁਤ ਬਣਾਊਗੀ, ਹਜੇ ਕੱਚੀ ਆ ਮੱਝ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਅਤੇ ਐਡਰੈਸ ਦੱਸੋ। ਦੇਵਿੰਦਰ ਸਿੰਘ। ਪਿੰਡ ਕਿਹੜਾ ਜੀ? ਪਿੰਡ ਰਕਲਾਂ, ਜ਼ਿਲ੍ਹਾ ਮੋਗਾ। ਜ਼ਿਲ੍ਹਾ ਮੋਗਾ ਜੀ? ਹਾਂਜੀ ਹਾਂਜੀ। ਇਹ ਮੱਝ ਨੇ ਕਿੰਨਵਾਂ ਸੂਆ ਸੁਣਾ ਜੀ? ਦੂਜੇ ਸੂਏ ਦੀ ਆ। ਦੂਜੇ ਸੂਏ ਸੁਣਾ? ਹਾਂ ਦੂਜੇ ਸੂਏ ਸੁਣਾ। ਕਿੰਨੇ ਦਿਨ ਲੈਂਦੀ ਹੈ ਜੀ? ਇੱਕ ਹਫ਼ਤੇ ਦੀ ਕੱਚੀ ਆ। ਇੱਕ ਹਫ਼ਤੇ ਦੀ? ਹਾਂਜੀ ਹਾਂਜੀ। ਪਹਿਲੇ ਸੂਏ ਦੀ ਦੁੱਧ ਦੀ ਡਿਟੇਲ ਕੀ ਆ ਜੀ? 18 ਤੋਂ 20 ਲੀਟਰ ਚੁਆਈ ਕੀਤਾ ਪਹਿਲੇ ਸੂਏ ਦਾ। ਅੱਛਾ ਜੀ। ਹਾਂਜੀ 22 ਲੀਟਰ ਦੁੱਧ ਦਊਗੀ ਅੱਜ ਕੀ। ਕਿਹੜੇ ਸੀਮਨ ਦੀ ਆ ਜੀ? ਮੋਹਰਾ ਨਸਲ ਆ ਜੀ। ਮੋਹਰਾ ਨਸਲ ਹੈ? ਹਾਂਜੀ ਹਾਂਜੀ। ਅੱਛਾ, ਕਿਸੇ ਸਰਕਾਰੀ ਸੀਮਨ ਦੀ ਆ? ਹਾਂਜੀ ਹਾਂਜੀ। ਆਪਣੇ ਘਰ ਦੀ ਆ ਬਾਈ ਜੀ ਜਾਂ ਆਪਾਂ ਖਰੀਦੀ ਆ? ਖਰੀਦ ਕੇ ਲਿਆਂਦੀ ਆ। ਵਪਾਰ ਦਾ ਕੰਮ ਹੈ ਜੀ ਆਪਣਾ? ਹਾਂਜੀ ਹਾਂਜੀ ਹਾਂਜੀ। ਇਹਦਾ ਮੁੱਲ ਕੀ ਕਰਦੇ ਆ ਬਾਈ? ਮੁੱਲ 1.75 ਕਰਦੇ ਜੀ। ਇਹਦਾ ਲੈਣ ਦੇਣ ਵਾਲਾ? 1.5 ਦੀ ਦੇ ਦਾਂਗੇ ਜੀ। 1.5 ਦੀ? ਹਾਂਜੀ ਹਾਂਜੀ। ਆਪਣਾ ਮੋਬਾਈਲ ਨੰਬਰ ਬੋਲੋ। 9417131916। 13916? ਹਾਂਜੀ। 9417131916 ਪਿੰਡ ਰਕਲਾਂ ਪਿੰਡ। ਹਾਂਜੀ ਹਾਂਜੀ ਪਿੰਡ। ਠੀਕ ਹੈ ਵੀਰੇ, ਓਕੇ, ਸ਼ੁਕਰੀਆ।